ਰੋਪੜ ਦੇ ਪਿੰਡ ਸਲੋਰਾ ਦੇ ਦਸ਼ਮੇਸ਼ ਯੂਥ ਕਲੱਬ ਵੱਲੋਂ ਗੰਨੇ ਦਾ ਰਸ ਦਾ ਲੰਗਰ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਦਲਬੀਰ ਸਿੰਘ ਬਿੱਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲੱਬ ਵੱਲੋਂ ਸੰਤ ਸਮਾਗਮ ਪਿੰਡ ਸੰਗਤਪੁਰਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਕਲੱਬ ਦੇ ਮੈਂਬਰ ਦਰਸ਼ਨ ਸਿੰਘ ਫੌਜੀ, ਅਜੀਤ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਪੰਚ ਅਤੇ ਹੋਰ ਵੀ ਕਈ ਹਾਜ਼ਰ ਰਹੇ। ਸੰਗਤਪੁਰਾ ਤੋਂ ਲੰਗਰ ਕੀਰਤਨ ਹੋਣਾ, ਉਹਦੀ ਸੇਵਾ ਕਰਨ ਵਾਸਤੇ ਰਸਦਾ ਨਗਰ ਪਿੰਡ ਮੁਕਰ ਨਿਵਾਸੀ ਪਿੰਡ ਸਲੋਣਾ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ। ਇਹ ਹਰ ਸਾਲ ਕਰਦੇ ਹੋ ਤੁਸੀਂ? ਲੰਗਰ ਕੀਰਤਨ ਤਾਂ ਹਰ ਸਾਲ ਆਉਂਦਾ, ਪਰ ਰਸਦੇ ਲੰਗਰ ਦੀ ਸੇਵਾ ਹਰ ਸਾਲ ਹੋਲੇ ਮਹੱਲੇ ਦੇ ਲੰਗਰ ਕੀਤੀ ਜਾਂਦੀ ਹੈ। ਰੋਪੜ ਤੋਂ ਗੁਰਮੀਤ ਮਹਿਰਾ, ਜੀਵੇ ਪੰਜਾਬ ਟੀਵੀ।